ਸਸਿਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ 트리플 ਐਸਪੀ ਡਿਪਾਰਟਮੈਂਟ ਅੰਦਰ ਐਡਵਰਟਾਈਜ਼ ਨੰਬਰ 13 ਦੇ ਅੰਦਰ ਵੈਕੈਂਸੀਆਂ ਆਈਆਂ ਨੇ ਜੀ ਟੈਕਨੀਕਲ ਅਸਿਸਟੈਂਟ ਦੀਆਂ ਡਿਸਟ੍ਰਿਕਟ ਟ੍ਰੈਜ਼ਰੀ ਰਿਸਰਚ ਅਸਿਸਟੈਂਟ ਗ੍ਰੇਡ 1 ਦੀਆਂ ਤੇ ਇਹ ਪੋਸਟਾਂ ਨਹੀਂ ਮਿਲ ਕੇ ਤੁਹਾਨੂੰ ਪਹਿਲਾਂ ਨੋਟੀਫਿਕੇਸ਼ਨ ਮਿਲ ਚੁੱਕਿਆ ਜੀ ਮੈਂ ਆਈ ਬਟੇ ਤੇ ਮੈਂਸ਼ਨ ਕਰ ਦਾਂਗਾ ਠੀਕ ਹੈ ਜੀ ਕੀ ਕੀ ਕੁਆਲਿਫਿਕੇਸ਼ਨ ਚਾਹੀਦੀ ਆ ਬਾਕੀ ਆਪਾਂ ਕਿਸ ਤਰ੍ਹਾਂ ਦੇ ਫਾਰਮ ਭਰ ਸਕਦੇ ਹਾਂ ਉਸ ਰਿਗਾਰਡਿੰਗ ਵੀਡੀਓ ਜੀ ਇਹ ਸਟੈਪ ਫਾਲੋ ਕਰਕੇ ਤੁਸੀਂ ਆਪਣੇ ਫਾਰਮ ਫਿਲ ਕਰ ਸਕਦੇ ਹੋ ਜੀ ਤੁਸੀਂ ਫੋਨ ਤੋਂ ਵੀ ਆਪਣੇ ਫਾਰਮ ਫਾਰਮ ਫਿਲ ਕਰ ਸਕਦੇ ਹੋ ਪੀਸੀ ਲੈਪਟਾਪ ਜੋ ਵੀ ਹੈਗੇ ਤਾਂ ਹੈਗਾ ਤੁਹਾਡੇ ਤੋਂ ਤੁਸੀਂ ਕਰ ਸਕਦੇ ਹੋ ਜੀ ਤੁਸੀਂ ਮੋਬਾਈਲ ਤੇ ਵੀ ਆਸਾਨੀ ਨਾਲ ਕਰ ਸਕਦੇ ਹੋ ਕਿਉਂਕਿ ਮੈਂ ਵੀਡੀਓ ਜੀ ਤੁਹਾਨੂੰ ਪਤਾ ਹੈ ਕਿ ਫੋਨ ਤੇ ਹੀ ਬਣਾ ਰਿਹਾ ਵਾਂ ਜੀ ਕਿਉਂਕਿ ਸਟੈਪ ਸੇਮ ਹੀ ਹੁੰਦੇ ਆ ਸਭ ਤੋਂ ਪਹਿਲਾਂ ਤੁਸੀਂ ਗੂਗਲ ਦਾ Chrome ਨੂੰ ਓਪਨ ਕਰ ਲੈਣਾ ਤੇ ਤੁਸੀਂ ਸਰਚ ਕਰਨਾ ਜੀ Triple S B ਤੇ ਆਪਾਂ ਸਰਚ ਕਰਦੇ ਹਾਂ ਜੀ ਜਦੋਂ ਅਸੀਂ ਗੂਗਲ Chrome ਤੇ Triple S B ਸਰਚ ਕਰਦੇ ਹਾਂ ਜੀ ਪਹਿਲੇ ਲਿੰਕ ਤੇ ਆਇਆ ਨਾ ਉਸ ਤੋਂ ਬਾਅਦ ਤੁਸੀਂ ਇੱਥੇ ਸਾਈਡ ਤੇ ਦੇਖ ਰਹੇ ਹੋ ਆਨਲਾਈਨ ਐਪਲੀਕੇਸ਼ਨ ਇੱਥੇ ਕਲਿੱਕ ਕਰ ਦੇਣਾ ਤੁਸੀਂ ਜੀ ਇਸ ਤੋਂ ਬਾਅਦ ਤੁਸੀਂ نیچے ਆਇਆ ਨਾ ਠੀਕ ਹੈ ਜੀ ਤੁਹਾਡੇ ਸਾਹਮਣੇ ਆ ਰਿਹਾ ਹੈ 23 ਬਰਨ ਦਾ ਨੋਟੀਫਿਕੇਸ਼ਨ ਹੈਗਾ ਜੀ ਕਲਿਕ ਹੇਅਰ ਟੂ ਅਪਲਾਈ ਔਨਲਾਈਨ ਐਡਵਰਟਾਈਜ਼ਮੈਂਟ 13 ਇਹ ਤੁਸੀਂ ਦੇਖ ਰਹੇ ਹੋ ਜੀ ਇਹਨੂੰ ਤੁਸੀਂ ਕਲਿਕ ਕਰ ਦੇਣਾ ਜੀ ਉਸ ਤੋਂ ਬਾਅਦ ਤੁਸੀਂ نیچے ਆਇਆ ਨਾ ਉਸ ਤੋਂ ਬਾਅਦ ਤੁਸੀਂ ਨਿਊ ਰਜਿਸਟ੍ਰੇਸ਼ਨ ਜਾਣਾ ਮੰਨ ਲਓ ਕਿ ਜਿੱਦਾਂ ਤੁਸੀਂ ਮਨ ਲਈ ਫਾਰਮ ਭਰ ਰਹੇ ਹੋ ਜੀ ਨਵੇਂ ਫਾਰਮ ਭਰਨ ਤੋਂ ਤੁਸੀਂ ਇੱਥੋਂ ਸਟਾਰਟ ਕਰੋਗੇ ਜਿੱਦਾਂ ਮਨ ਲਈ ਫਾਰਮ ਭਰ ਲਿਆ ਜੀ ਤੁਹਾਨੂੰ ਐਪਲੀਕੇਸ਼ਨ ਨੰਬਰ ਮਿਲੇਗਾ ਫੋਟੋ ਤੇ ਸਾਈਨ ਰਹਿ ਗਿਆ ਤੁਸੀਂ ਇੱਥੋਂ ਕਰ ਸਕਦੇ ਹੋ ਜੇ ਮਨ ਲਈ ਤੁਸੀਂ ਬੈਕ ਵੀ ਹੋ ਗਏ ਹੋ ਫੀਸ ਵੀ ਪੇ ਕਰਨੀ ਤਾਂ ਇੱਥੇ ਕਰੋਗੇ ਪ੍ਰਿੰਟ ਵੀ ਲੈਣਾ ਤਾਂ ਇੱਥੇ ਹੀ ਤੁਹ ਇਤੋਂ ਬਾਅਦ ਹੀ ਨਿਊ ਰਜਿਸਟ੍ਰੇਸ਼ਨ ਤੇ ਕਲਿੱਕ ਕਰਤਾ ਜੀ ਓਕੇ ਕਰ ਦੇਣਾ ਉਸ ਤੋਂ ਬਾਅਦ ਕਿਹੜੀ ਪੋਸਟ ਅਪਲਾਈ ਕਰ ਰਹੇ ਹੋ ਉਹਨੂੰ ਕਲਿੱਕ ਕਰ ਦੇਣਾ ਜਿੱਦਾਂ ਉਹਨਾਂ ਦੇ ਡਿਸਟ੍ਰਿਕਟ ਹੈਗਾ ਟ੍ਰੈਜ਼ਰੀ ਇਧਰ ਦੀ ਐਨੀ ਰਜਿਸਟ੍ਰੇਸ਼ਨ ਹੈਗੀ ਆ ਬਾਕੀ ਵਾਲੀ ਸਪੈਸੀਫਿਕ ਡਿਗਰੀ ਮੰਗੀ ਹੋਈ ਹੈ ਇਹਨਾਂ ਨੇ ਇਸ ਤੋਂ ਬਾਅਦ ਗੋਦ ਕਰ ਦੇਣਾ ਕਲਿੱਕ ਤੁਸੀਂ ਬਾਕੀ ਕਿ ਨੋਟੀਫਿਕੇਸ਼ਨ ਜਿਹੜੀ ਆਇਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੈਕੈਂਸੀ ਕਿੰਨੀਆਂ ਨੇ ਕਿਹੜੀ ਕੈਟਾਗਰੀ ਦੇ ਵਿੱਚ ਹੈਗੀਆਂ ਨੇ ਉਸ ਤੋਂ ਬਾਅਦ ਇਹ ਹੈ ਕਿ ਜਿੰਨੇ ਵੀ ਮਿਲ ਗਈ ਤੁਹਾਡੇ ਇਨਫੋਰਮੇਸ਼ਨ ਦਿਖ ਰਹੀ ਹੈ ਜੀ ਇਹ ਤੁਸੀਂ ਫਿਲ ਕਰ ਲੈਣੀ ਆ ਬਾਕੀ ਕੀ ਕੀ ਇਨਫੋਰਮੇਸ਼ਨ ਫਿਲ ਕਰਨੀ ਉਹਦੇ ਰਿਗਾਰਡਿੰਗ ਮੈਂ ਦੱਸਾਂਗਾ ਜੀ ਤੇ ਮੈਂ ਇਨਫੋਰਮੇਸ਼ਨ ਭਰ ਚੁੱਕਿਆ ਜੀ ਠੀਕ ਹੈ ਜੀ ਮੈਂ ਤੁਹਾਨੂੰ ਉਹ ਹੀ ਦੱਸਿਉਂਗਾ ਕੀ ਕੀ ਇੱਥੇ ਭਰਨਾ ਜੀ ਸਾਰੇ ਪਹਿਲਾਂ ਪਹਿਲਾਂ ਤਾਂ ਸਿਲੈਕਟ ਹੋ ਗਈ ਆ ਔਟੋਮੈਟਿਕ ਜਦੋਂ ਤੁਸੀਂ ਭਰੋਗੇ ਉਸ ਤੋਂ ਬਾਅਦ ਐਪਲੀਕੇਸ਼ਨ ਤੋਂ ਬਾਅਦ ਤੁਸੀਂ ਆਪਣੇ ਇੱਥੇ ਨੇਮ ਭਰਨਾ ਜੀ ਇੱਥੇ ਠੀਕ ਹੈ ਜੀ ਜਿੰਨੂੰ ਟਿਕ ਕਰ ਰਹੇ ਆ ਠੀਕ ਹੈ ਵੈਸੇ ਤੇ ਇਨਫੋਰਮੇਸ਼ਨ ਮੇਰੇ ਦੀ ਭਰੀ ਹੋਈ ਆ ਆਪਣੇ ਡੈਮੋ ਲਈ ਭਰੀ ਹੋਈ ਆ ਇਹ ਤੇ ਫਾਦਰ ਨੇ ਭਰਨਾ ਜੀ ਆਪਣੇ ਪਿਤਾ ਦਾ ਨਾਮ ਭਰਨਾ ਤੇ ਜਿਹੜੇ ਆਪਣਾ ਫਾਦਰ ਨੇ ਨੇਮ ਡੇਟਾ ਵਰਤ ਵਰਤ ਬਰਥ ਵਗੈਰਾ ਭਰ ਰਹੇ ਹੋ ਦਸਵੀਂ ਦੇ ਸਰਟੀਫਿਕੇਟ ਤੋਂ ਵੇਖ ਕੇ ਭਰਨੇ ਨੇ ਜੋ ਸਪੈਲਿੰਗ ਲਿਖੇ ਉਹ ਲਿਖਨੇ ਆ ਉਹ ਤੋਂ ਬਾਅਦ ਮਦਰ ਮਦਰ ਦਾ ਨੇਮ ਆਪਣੇ ਖਣਾ ਜੀ ਉਹ ਤੋਂ ਬਾਅਦ ਜੈਂਡਰ ਸੈੱਟ ਕਰਨਾ ਜੀ ਮੁੰਡੇ ਹੋ ਤਾਂ ਮੇਲ ਸਿਲੈਕਟ ਕਰੋਗੇ ਕੁੜੀ ਹੋ ਤਾਂ ਫੀਮੇਲ ਸਿਲੈਕਟ ਕਰੋਗੇ ਉਹ ਤੋਂ ਬਾਅਦ ਆਪਣਾ ਮੈਰਿਟ ਸਟੇਟ ਦੱਸਣਾ ਕਿ ਤੁਸੀਂ ਵਿਆਹੇ ਹੋ ਜਾਂ ਨਹੀਂ ਵਿਆਹੇ ਜੇ ਤੁਸੀਂ ਨਹੀਂ ਵਿਆਹੇ ਤਾਂ ਸਿੰਗਲ ਕਰੋਗੇ ਜੀ ਉਸ ਤੋਂ ਬਾਅਦ ਡੋਮਿਸਾਈਲ ਪੁੱਛਦੇ ਜੇ ਤੁਸੀਂ ਪੰਜਾਬ ਸਰੋਗੇ ਜੇ ਤੁਸੀਂ ਆਊਟ ਆਫ ਸਟੇਟ ਤੋਂ ਹੋ ਤੁਸੀਂ ਦੱਸੋਗੇ ਉਸ ਤੋਂ ਬਾਅਦ ਆਪਣੀ ਕੈਟਾਗਰੀ ਸਿਲੈਕਟ ਕਰੋਗੇ ਜੀ ਤੇ ਵੈਸੇ ਤੁਹਾਨੂੰ ਪਤਾ ਹੈ ਕਿ ਕੋਈ ਹੀ ਕੈਟਾਗਰੀ ਦੇ ਵਿੱਚ ਪੋਸਟ ਹੈ ਇਹ ਬਾਕੀ ਜੇ ਤੁਸੀਂ ਹੋਰ ਪੋਸਟ ਅਪਲਾਈ ਕਰ ਰਹੇ ਹੋ ਮਰਗੀ ਬਸ ਉੱਪਰੋਂ ਹੀ ਮਰਗੀ ਨੇਮ ਹੀ ਚੇਂਜ ਹੋਣਾ ਵਾ ਬਾਕੀ ਸਾਰਾ ਸਟੈਪ ਸੇਮ ਹੀ ਆ ਉਸ ਤੋਂ ਬਾਅਦ ਪੁੱਛੇ ਵਿਕਮ ਜਾਤੀ ਇਸ ਸੰਬੰਧਤਾ ਨਹੀਂ ਮਰਗੀ ਆਦਿਵਾਸੀ ਤਾਂ ਨਹੀਂ ਹੋ ਜੇ ਹੈਗੇ ਹੋ ਤਾਂ ਜੈਸ ਕਰੋਗੇ ਨਹੀਂ ਤਾਂ ਨੋਕ ਕਰ ਦੇਣਾ ਠੀਕ ਆ ਜੀ ਤੇ ਨੈਸ਼ਨਲਿਟੀ ਇੰਡੀਅਨ ਭਰ ਦੇਣਾ ਜੀ ਉਸ ਤੋਂ ਬਾਅਦ ਡੇਟ ਆਫ ਬਰਥ ਭਰ ਦੇਣੀ ਆਪਣੀ ਤੁਸੀਂ ਇੱਥੇ ਉਤਬਾਈਮ ਐਡਰੈਸ ਨੰਬਰ ਭਰ ਦੇਣਾ ਜੀ ਇੱਕ ਵੈਸੇ ਡੈਮੋ ਲਈ ਮੈਂ ਪਾਇਆ ਹੋਇਆ ਜੀ ਇਹ ਹੈ ਕਿ ਆਪਣੇ ਨੰਬਰ ਤੇ ਐਈਮਾਈਡੋ ਭਰਿਓ ਜਿਹੜਾ ਚੱਲਦੇ ਪਿਆ ਤੁਹਾਡੇ ਫੋਨ ਦੇ ਅੰਦਰ ਕਿਉਂਕਿ ਬਾਅਦ ਵਿੱਚ ਤੁਹਾਨੂੰ ਮੈਸੇਜ ਆਵੇ ਤੁਸੀਂ ਉਹਨਾਂ ਨਾਲ ਗੱਲਬਾਤ ਕੰਟੈਕਟ ਕਰ ਸਕੋ ਜੀ ਉਸ ਤੋਂ ਬਾਅਦ ਆਈਡੀ ਪ੍ਰੂਫ ਮੰਗਦੇ ਦਾ ਆਈਡੀ ਪ੍ਰੂਫ ਜੋ ਮਰਜ਼ੀ ਸਿਲੈਕਟ ਕਰ ਸਕਦੇ ਹੋ ਜਿਹੜਾ ਤੁਹਾਡਾ ਸਹੀ ਹੈ ਜੀ ਤੇ ਇਨਫੋਰਮੇਸ਼ਨ ਤੁਹਾਡੀ ਸਾਰੀ ਸਹੀ ਹੈ ਜੀ ਉਹ ਸਿਲੈਕਟ ਕਰ ਲੈਣਾ ਉਤੋਂ ਆਜ਼ਾਦ ਆਰ ਉਹਦਾ ਨੰਬਰ ਭਰ ਦੇਣਾ ਜੀ ਉਹਦੇ ਉਪਰ ਪੁੱਛਦੇ ਕਿ ਤੁਹਾਡੇ ਤੋਂ ਕੇਸ ਤਾਂ ਨਹੀਂ ਹੈਗਾ ਕੋਈ ਵੀ ਠੀਕ ਹੈ ਤੁਹਾਨੂੰ ਨੋ ਕਰ ਦੇਣਾ ਇੱਥੇ ਨੋ ਕਰ ਦੇਣਾ ਠੀਕ ਹੈ ਜੀ ਤੁਸੀਂ ਅਪਲਾਈ ਹੈਗੇ ਹੋ ਜੀ ਗਵਰਨਮੈਂਟ ਦੇ ਤਾਂ ਜੈਸ ਕਰਕੇ ਆਪਣੀ ਸਾਰੀ ਇਨਫੋਰਮੇਸ਼ਨ ਦੇ ਦਿਓ ਤਾਂ ਡਿਵਾਈਨ ਨਹੀਂ ਕਿ ਕਿਦੋਂ ਤੁਸੀਂ ਮਿਲ ਕੇ ਆਪਣਾ ਇਨਚਾਰਜ ਛੱਡਿਆ ਸਾਰਾ ਕੁਝ ਇਨਫੋਰਮੇਸ਼ਨ ਦੋਗੇ ਜੀ ਤੇ ਫਿਰ ਉਸ ਤੋਂ ਬਾਅਦ ਆਡੇ ਪੁੱਛਦੇ ਕਿ ਇਸ ਟਾਈਪ ਦੇ ਟ ਹੈਗੇ ਸੀ ਜੀ ਤੁਸੀਂ ਅਪਲਾਈ ਸੀ ਠੀਕ ਹੈ ਜੀ ਤੇ ਜੇ ਮਤਲਬ ਕਿ ਇਹਨੂੰ ਡਿਸਮਿਸ ਕੀਤਾ ਜਾਂਦਾ ਕਿ ਇਹਨੂੰ ਕੱਢ ਦਿੰਦੇ ਆ ਡਿਪਾਰਟਮੈਂਟ ਤੋਂ ਦੱਸੋਗੇ ਜੈਸ ਕਰਕੇ ਦੱਸੋਗੇ ਕਾਹ ਤੋਂ ਕੱਢਿਆ ਜੇ ਮਤਲਬ ਕੱਢਿਆ ਜਾਂਦਾ ਕਿਸੇ ਨੂੰ ਜਿਹੜੇ ਨਾਲ ਕੋਈ ਜੋਬ ਵਗੈਰਾ ਨਹੀਂ ਕਰਦੇ ਤੁਹਾਨੂੰ ਉਹੀ ਰਹਿਣ ਦੇਣਗੇ ਇਸ ਤੋਂ ਬਾਅਦ ਤੁਸੀਂ ਇਹ ਦੋਨੋਂ ਜੈਸ ਕਰ ਦੇਣਾ ਵਾ ਇਹਦੇ ਵਿੱਚ ਹੈ ਕਿ 10ਵੀਂ ਦੇ ਵਿੱਚ ਤੁਹਾਡਾ ਪੰਜਾਬੀ ਸਬਜੈਕਟ ਹੋਣਾ ਚਾਹੀਦਾ ਵਾ ਤੇ ਇੱਕ ਹੋਰ ਇਨਫੋਰਮੇਸ਼ਨ ਹੈ ਕਿ ਜਿਹੜੀ ਤੁਸੀਂ ਮਨਕੀ ਪੋਸਟ ਅਪਲਾਈ ਕਰ ਰਹੇ ਹੋ ਇਹਦੀ ਜਿਹੜੀ ਗ੍ਰੈਜੂਏਸ਼ਨ ਜਿਹੜੀ ਵੀ ਕੋਈ ਇਹਦੇ ਕੁਆਲੀਫਿਕੇਸ਼ਨ ਮੰਗੀ ਗਈ ਹੈ ਉਹਦੇ ਅਕੋਰਡਿੰਗ ਤੁਹਾਡੀ ਮਨਕੀ ਕੁਆਲੀਫਿਕੇਸ਼ਨ ਹੈਗੀ ਤੁਹਾਡੇ ਤੋਂ ਤਾਂ ਜੈਸ ਕਰੋਗੇ ਉਸ ਤੋਂ ਬਾਅਦ ਆਪਣਾ ਤੁਸੀਂ ਘਰ ਦਾ ਐਡਰੈਸ ਭਰ ਦੇਣਾ ਜੀ ਇੱਥੇ ਤੁਹਾਡਾ ਘਰ ਦਾ ਐਡਰੈਸ ਆਇਨਾ ਉਸ ਤੋਂ ਬਾਅਦ ਸਟੇਟ ਆਜਣੀ ਆ ਡਿਸਟ੍ਰਿਕਟ ਆਇਨਾ ਤੇ ਪਿੰਨ ਕੋਡ ਵੀ ਤੁਹਾਡੇ ਆਧਾਰ ਕਰਕੇ ਲਿਖਿਆ ਜਾਂਦਾ ਵਾ ਉਸ ਤੋਂ ਬਾਅਦ ਇਨੂੰ ਕਲਿੱਕ ਕਰ ਦੋਗੇ ਆਟੋਮੈ ਠੀਕ ਹੈ ਜੇ ਤਾਂ ਮਨ ਲੋ ਕਿ ਇਹਦੇ ਦੋ ਦੋ ਘਰ ਹੁੰਦੇ ਇਸ ਕਰਕੇ ਦੋਨੋਂ ਦਾ ਐਡਰੈਸ ਪਾ ਦੂਗਾ ਜੀ ਇੱਥੇਗਾ ਤੇ ਠੀਕ ਹੈ ਉਸ ਤੋਂ ਬਾਅਦ ਤੁਸੀਂ 10ਵੀਂ ਦੇ ਡਿਟੇਲ ਦੇਣੀਆਂ ਜੀ ਕਿਦੋਂ ਕਿਦੋਂ ਕੀਤੀ 10ਵੀਂ ਕਿਹੜੇ ਬੋਰਡ ਤੋਂ ਕੀਤੀ ਕਿੰਨੇ ਨੰਬਰ ਆਏ ਕਿੰਨੇ ਟੋਟਲ ਸੀ ਕਿੰਨੇ ਪਰਸੈਂਟ ਇਸ ਤੋਂ ਬਾਅਦ ਤੁਸੀਂ ਆਪਣਾ ਦੱਸਣਾ ਕਿ ਤੁਸੀਂ ਥੋੜੀ 10ਵੀਂ ਕਿੱਦਾਂ ਕੀਤੀ ਹੈ ਰੈਗੂਲਰ ਕੀਤੀ ਹੈ ਪ੍ਰਾਈਵੇਟ ਕੀਤੀ ਹੈ ਡਿਸਟੈਂਸ ਕੀਤੀ ਹੈ ਇਦਾਂ ਸਾਰਾ ਕੁਝ ਇਹਦਾ ਪਾਸਟੂ ਡਿਟੇਲ ਭਰ ਦੇਣੀ ਹੈ ਉਸ ਤੋਂ ਬਾਅਦ ਗ੍ਰੈਜੂਏਸ਼ਨ ਦੀ ਭਰ ਦੇਣੀ ਹੈ ਜੀ ਉਸ ਤੋਂ ਬਾਅਦ ਪੁੱਛਦੇ ਕਿ ਤੁਹਾਡੀ ਯੂਨੀਵਰਸਿਟੀ ਪੰਜਾਬ ਦੇ ਅੰਦਰ ਤੇ ਹੈ ਜਾਂ ਬਾਹਰ ਜੇ ਮਤਲਬ ਪੰਜਾਬ ਦੇ ਅੰਦਰ ਤੇ ਜੈਸ ਕਰੋਗੇ ਨਹੀਂ ਤਾਂ ਉਹ ਕਰ ਦੇਣਾ ਉਸ ਤੋਂ ਬਾਅਦ ਇੱਥੇ ਟਿਕ ਕਲਿੱਕ ਕਰ ਦੇਣਾ ਜੀ ਉਸ ਤੋਂ ਬਾਅਦ ਤੁਸੀਂ ਸੇਵ ਤੇ ਚੱਲ ਜਾਣਾ ਜੇ ਤੁਸੀਂ ਸੇਵ ਤੇ ਜਾਂਦੇ ਹੋ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਮਿਲ ਜਾਂਦਾ ਜੀ ਉਸ ਤੋਂ ਬਾਅਦ ਆ ਜਾਂਦਾ ਤੁਹਾਡਾ ਕੀ ਤੁਸੀਂ ਆਪਣੇ ਜਿਹੜਾ ਫਾਰਮ ਆ ਜੀ ਇਹਦੇ ਵਿੱਚ ਜਿਹੜੀਆਂ ਫੋਟੋ ਸਾਈਨ 10ਵੀਂ ਦੀ ਤੇ ਕੁਆਲੀਫਿਕੇਸ਼ਨ ਜਿਹੜੀ ਮੇਨ ਮੰਗੀ ਗਈ ਉਹਦੀ ਜਿਹੜੀ ਫੋਟੋ ਲਾਉਣੀਆਂ ਨੇ ਜੀਪੀਜੀ ਫਾਈਲ ਦੇ ਅੰਦਰ ਉਹ 100kb ਤੋਂ ਮਨ ਕੇ ਉਹਨਾਂ ਫਾਈਲ ਦਾ ਸਾਈਜ਼ ਮਨ ਕੇ ਵਧਣਾ ਹੋਵੇ ਘੱਟ ਹੀ ਹੋਣਾ ਚਾਹੀਦਾ ਠੀਕ ਆ ਜੀ ਟਾਪ ਆਫ ਅਪਲੋਡ ਕਰਦੇ ਆ ਜੀ ਤੇ ਬਾਕੀ ਤੇ ਬਾਕੀ ਹੈ ਕਿ ਜਦੋਂ ਤੁਸੀਂ ਫਾਰਮ ਭਰਨ ਦੇ ਲੱਗੇ ਹੋ ਜੀ ਉਸ ਤੋਂ ਪਹਿਲਾਂ ਹੀ ਤੇ ਆਪਣੇ ਫਾਈਲ ਦੇ ਜਿਹੜਾ ਮਨ ਕੀ ਫੋਟੋ ਸਾਈਨ ਆ ਜੀ ਇਹਦੇ ਸਾਈਜ਼ 100kb ਤੋਂ ਕੱਟ ਕਰ ਲੈਣੇ ਆ ਜੀ ਤੇ ਇਦਾਂ ਦੇ ਬਹੁਤ ਸਾਰੇ ਐਪ ਮਨ ਕੀ ਪਲੇ ਸਟੋਰ ਤੇ ਅਵੇਲੇਬਲ ਜਿਹੜੇ ਮਨ ਕੀ ਤੁਹਾਡਾ ਫੋਟੋ ਸਾਈਨ ਦੇ ਜਿਹੜੇ ਜੇਪੀਜੀ ਫਾਈਲ ਹੈ ਗਿਆ ਨੇ ਮਨ ਕੀ ਜਿੱਦਾਂ ਆਮ ਫੋਟੋ ਖਿੱਚਦੇ ਆ ਇਹਦੀ ਮਨ ਕੀ ਸਾਈਜ਼ ਕੱਟ ਕਰ ਦਿੰਦੇ ਆ ਜੀ ਇਸ ਤੋਂ ਬਾਅਦ ਮਨ ਕੀ ਅਪਲੋਡ ਕਰਨ ਤੋਂ ਬਾਅਦ ਤੁਸੀਂ ਅਪਲੋਡ ਤੇ ਕਲਿੱਕ ਕਰ ਦੇਣਾ ਜੀ ਤੇ ਉਸ ਤੋਂ ਬਾਅਦ ਤੁਹਾਡੇ ਤੇ ਆਉਂਦੇ ਕਿ ਇਨਫੋਰਮੇਸ਼ਨ ਹੁੰਦੀ ਕਿ ਇਸ ਤੋਂ ਬਾਅਦ ਤੁਸੀਂ ਆਪਣਾ ਨੇਮ ਫਾਦਰ ਨੇਮ ਡੇਟ ਆਫ ਬਰਥ ਕੈਟਾਗਰੀ ਵਿਦ ਚੈੱਕ ਕਰ ਲੈਣੀ ਹੈ ਕਿ ਤੁਹਾਡੇ ਕੋਈ ਗਲਤੀ ਤਾਂ ਨਹੀਂ ਹੈਗੀ ਜੇ ਗਲਤੀ ਹੈ ਤੁਸੀਂ ਉਹਨੂੰ ਸਹੀ ਕਰ ਸਕਦੇ ਹੋ ਜੀ ਇਹ ਤੋਂ ਵੈਰੀਫਾਈ ਤੇ ਐਡਿਟ ਤੇ ਚੱਲ ਜਣਾ ਜੀ ਇਸ ਤੋਂ ਬਾਅਦ ਕੋਈ ਵੀ ਇਨਫੋਰਮੇਸ਼ਨ ਤੁਹਾਡੀ ਹੈਗੀ ਆ ਜੀ ਕੋਈ ਦੇਖ ਲੈਣੀ ਤੁਸੀਂ ਕਿ ਕੋਈ ਗਲਤ ਤਾਂ ਨਹੀਂ ਹੋਈ ਜੇ ਹੋਈ ਤਾਂ ਉਹਨੂੰ ਸਹੀ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਜੇ ਤੁਸੀਂ ਫਾਈਨਲ ਸਬਮਿਟ ਕਰਦਾ ਜਾਂ ਕਰਤਾ ਜੀ ਉਸ ਤੋਂ ਬਾਅਦ ਤੁਸੀਂ ਐਡਿਟ ਨਹੀਂ ਕਰ ਸਕਦੇ ਤੁਮੜੀ ਸਾਡੀ ਸਾਰੀ ਇਨਫੋਰਮੇਸ਼ਨ ਸਹੀ ਹੈ ਜੀ ਚੈੱਕ ਕਰ ਲਈਏ ਜੀ ਉਸ ਤੋਂ ਬਾਅਦ ਤੁਸੀਂ ਸਬਮਿਟ ਤੇ ਕਰ ਦੇਣਾ ਕਲਿੱਕ ਓਕੇ ਕਰ ਦੇਣਾ ਤੇ ਹੁਣ ਤੁਸੀਂ ਤਿੰਨਾਂ ਦਿਨਾਂ ਬਾਅਦ ਜਾ ਕੇ ਫੀਸ ਪੇ ਕਰਨੀ ਆ ਜੀ ਤੇ ਬਲਕਿ ਇਸ ਸਟੈਪ ਫੋਲੋ ਕਰਕੇ ਤੁਸੀਂ ਆਪਣੇ ਫਾਰਮ ਫਿਲ ਕਰ ਸਕਦੇ ਹੋ ਜੀ ਆਰਡਰ ਟਾਈ ਨੰਬਰ 13 ਦੇ ਤੇ ਹੁਣ ਮਲਕੀ ਲਿੰਕ ਐਕਟਿਵ ਆ ਜੀ ਜਿਹੜਾ ਵੀ ਅਪਲਾਈ ਕਰਨਾ ਚਾਹੁੰਦਾ ਜੀ ਕਰ ਸਕਦਾ